ਸਤਿ ਸ਼੍ਰੀ ਅਕਾਲ ਜੀ, ਮੇਰੇ ਚੈਨਲ ਗੁਰੂ ਬਲੌਗਰ ਵਿੱਚ ਤੁਹਾਡਾ ਸਵਾਗਤ ਹੈ। ਨਵਾਂ ਦਿਨ ਨਵੀਂ ਸਵੇਰ, ਪਰ ਬੱਦਲਵਾਰੀ ਮੀਂਹ ਰਾਤ ਦਾ ਪੈ ਰਿਹਾ ਹੈ, ਮੌਸਮ ਬਹੁਤ ਹੀ ਖਰਾਬ ਹੈ। ਸਾਰੇ ਜਾਣੇ ਆਪਣਾ ਧਿਆਨ ਰੱਖੋ। ਦਿਖਾਉਣਾ ਤੁਹਾਨੂੰ ਮੌਸਮ ਬਾਹਰਲਾ। ਦੇਖੋ ਮੌਸਮ, ਬੱਦਲ ਹੀ ਬੱਦਲ। ਦੇਖੋ ਜੀ ਮੌਸਮ, ਕੱਲ ਸੁੱਕਾ ਪਿਆ ਸੀਗਾ, ਸ਼ਾਮ ਤੋਂ ਬਾਅਦ ਬਾਰਿਸ਼ ਹੋਈ, ਜੋ ਕਿ ਹਾਲੇ ਵੀ
ਕੋਈ ਟ੍ਰੇਨ ਆਉਂਦੀ ਹੋਈ। ਇੰਜਣ ਹੀ ਨਿਕਲਿਆ ਤਾਂ ਉਹਦਾ ਮਜ਼ਾਕ ਹੀ ਹੋ ਗਿਆ। ਇੰਜਣ ਨਹੀਂ ਇੰਨਾ ਟਾਈਮ ਖਰਾਬ ਕਰਤਾ।
ਹੁਣ ਮੈਂ ਆਇਆ ਹਾਂ ਬਾਜ਼ਾਰ ਵਿੱਚ ਜੀ, ਜੰਡਾਲੀ ਰੋਡ ਆ ਇੱਥੇ ਜੀ, ਝਨੇਰੀ ਕਲੀਨਿਕ ਦੀ ਦੁਕਾਨ ਆ। ਇਹ ਬਹੁਤ ਪੁਰਾਣਾ ਡਾਕਟਰ ਆ ਏਰੀਏ ਦਾ, ਮੰਮੀ ਦੇ ਗੋਡਿਆਂ ਦੀ ਦਵਾਈ ਲੈਣ ਆਇਆ ਅਤੇ ਸ਼ਾਇਦ ਕੱਲ੍ਹ ਨੂੰ ਮਾਸੀ ਕੋਲ ਵੀ ਜਾਣਾ, ਉਹਨਾਂ ਦੀ ਵੀ ਲੈਣ ਆਇਆ ਦਵਾਈ। ਆਹ ਰੋਡ ਆ ਜਨਾਲੀ ਰੋਡ, ਸਾਹਮਣੇ ਉਹ ਹੋਸਪਿਟਲ ਆ ਕਲੀਨਿਕ, ਛੋਟਾ ਮਿੰਨੀ ਹੋਸਪਿਟਲ ਕਹਿ ਸਕਦੇ ਹਾਂ ਇਹਨੂੰ ਆਪਾਂ। ਸ਼ਾਮ ਦਾ ਟਾਈਮ ਹੈ, ਠੰਡ ਹੋ ਚੁੱਕੀ ਹੈ ਬਹੁਤ। ਲਓ ਜੀ ਆਪਾਂ ਲੈ ਲਈ ਦਵਾਈ ਮੰਮੀ ਅਤੇ ਮਾਸੀ ਗੋਡਿਆਂ ਦੀ, ਇਹ ਹੈ ਦਵਾਈ। ਇਹ ਵੀ ਦੇਖੋ ਵਨ, ਇਹ ਵੀ ਰੋਡ ਵਨ ਵੇ ਹੀ ਆ, ਇੱਕ ਸਾਈਡ ਪੱਟੀ ਹੋਈ ਆ ਅਤੇ ਬਣੀ ਨਹੀਂ ਹੈਗੀ, ਇਹ ਧੂਰ ਤੋਂ ਪੂਰਾ ਰੋਡ ਹਾਲ ਦਾ ਕਾਇਮ ਹੀ ਆ, ਇਹਦੇ ਕਰਕੇ ਇੱਥੇ ਬਹੁਤ ਜਾਮ ਲੱਗਦਾ ਇੱਧਰਲੀ ਸਾਈਡ ਵੀ, ਅਤੇ ਮਿੱਟੀ ਵੀ ਧੱਸ ਜਾਂਦੀ ਆ ਵਿੱਚ ਕਾਫੀ। ਹੁਣ ਮਾਰਕੀਟ ਤਾਂ ਪੂਰੀ ਬਣ ਗਈ ਹੈ, ਪੂਰੀ ਬਣ ਗਈ ਮਾਰਕੀਟ ਜਨਾਲੀ ਰੋਡ ਦੀ ਵੀ। ਇਹ ਕਿਤੇ ਕੰਮ ਅੱਜ ਅਸੀਂ, ਕੱਲ੍ਹ ਨੂੰ ਮਿਲਾਂਗੇ ਅਗਲੇ ਬਲੌਗ ਵਿੱਚ। ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਸਾਨੂੰ ਹਰ ਨੋਟੀਫਿਕੇਸ਼ਨ ਮਿਲ ਸਕੇ। ਜੇਕਰ ਕੋਈ ਤੁਹਾਨੂੰ ਕਮੀ ਲੱਗਦੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ, ਜਾਂ ਕੁਛ ਵੀ ਚੰਗਾ ਲੱਗਦਾ ਵਾ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ, ਉਹੀ ਦੱਸੋਂਗੇ ਤਾਂ ਹੀ ਸਾਨੂੰ ਪਤਾ ਲੱਗੂ। ਤਾਂ ਓਕੇ ਜੀ, ਫਿਰ ਬਾਏ ਬਾਏ, ਕੱਲ੍ਹ ਨੂੰ ਮਿਲਦੇ ਹਾਂ ਕੱਲ੍ਹ ਦੇ ਨਵੇਂ ਬਲੌਗ ਵਿੱਚ। ਸਤਿ ਸ਼੍ਰੀ ਅਕਾਲ।